ਕੀਕੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਮਜ਼ੇਦਾਰ ਤੇ ਵਲੀ ਬਰੀਆਨੀ ਦੀ ਰੈਸਪੀ ਲੈ ਕੇ ਆਈਆਂ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਕੋਈ ਵੀ ਸਟੈਪ ਮਿਸ ਨਹੀਂ ਕਰਨਾ ਕਿਉਂਕਿ ਫਿਰ ਤੁਹਾਨੂੰ ਰੈਸਪੀ ਦੀ ਸਮਝ ਨਹੀਂ ਆਉਣੀ ਤੇ ਆਓ ਚੱਲਦੇ ਹਾਂ ਰੈਸਪੀ ਦੀ ਤਰਫ ਲੇਕਿਨ ਉਹ ਤੋਂ ਪਹਿਲਾਂ ਰਿਕੁਐਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਈਓ ਤੇ ਬੈਲ ਆਈਕਨ ਦੇ ਬਟਨ ਨੂੰ ਵੀ ਪ੍ਰੈਸ ਕਰ ਦਈਓ ਤਾਂ ਕਿ ਤੁਹਾਨੂੰ ਮੇਰੀ ਕੋਈ ਨਾ ਕੋਈ ਆਿੰਦਾ ਹਰ نئی ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਓ ਚੱਲਦੇ ਹਾਂ ਰੈਸਪੀ ਦੀ ਤਰਫ ਬਰੀਆਨੀ ਬਣਾਉਣੀ ਸਭ ਤੋਂ ਪਹਿਲੇ ਮੈਂ ਪਾਣੀ ਉਬਲਣਾ ਰੱਖ ਦਿੱਤਾ ਨਾਲ ਹੀ ਮੈਂ 3 ਚਮਚ ਨਮਕ ਦੇ ਪਾ ਦਿੱਤੇ ਜਿੰਨੀਆਂ ਕਟੋਰੀਆਂ ਧੜੀਆਂ ਚਾਵਲਾਂ ਦੀਆਂ ਉਹਦੇ ਬਰਾਬਰ ਹੀ ਤੁਸੀਂ ਨਮਕ ਐਡ ਕਰਨਾ ਅਗਰ 3 ਕਟੋਰੀ ਚਾਵਲ ਆ ਤੇ ਨਮਕ ਵੀ 3 ਚਮਚ ਪਾਉਣਾ ਜ਼ਿਆਦਾ ਨਮਕ ਨਹੀਂ ਪਾਉਣਾ ਨਾਲ ਹੀ ਮੈਂ ਤਕਰੀਬਨ ਹਾਫ ਕੱਪ ਆਇਲ ਦਾ ਐਡ ਕੀਤਾ ਹੁਣ ਪਾਣੀ ਪੱਕਣ ਲਈ ਰੱਖ ਦੇਣਾ ਦੂਸਰੀ ਸਾਈਡ ਤੇ ਮੈਂ ਦੋ ਦੇ ਦਰਮਿਆਨੀ ਪਿਆਜ਼ ਲਈ ਸੀ ਇਹਨਾਂ ਨੂੰ ਕੱਟ ਲਿਆ ਦੇ ਵਿੱਚ ਤਕਰੀਬਨ 1 ਕੱਪ ਆਇਲ ਦਾ ਐਡ ਕੀਤਾ ਹੁਣ ਪਿਆਜ਼ ਨੂੰ ਬ੍ਰਾਊਨ ਹੋਣ ਤੱਕ ਫਰਾਈ ਕਰਨਾ ਬਹੁਤ ਹੀ ਮਜ਼ੇਦਾਰ ਰੈਸਪੀ ਹੈ ਜਿਹੜਾ ਵੀ ਖਾਊਗਾ ਤੁਹਾਡੀ ਉਹ ਤਾਰੀਫ਼ ਕਰਦਾ ਨਹੀਂ ਥੱਕੂਗਾ ਉਹ ਤੁਹਾਡੇ ਕੋਲੋਂ ਦੀ ਰੈਸਪੀ ਲਾਜ਼ਮੀ ਪੁੱਛੂਗਾ ਮੈਨੂੰ ਕਮੈਂਟ ਬਾਕਸ ਵਿੱਚ ਲਾਜ਼ਮੀ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਲੇਕਿਨ ਟਰਾਈ ਕਰਨ ਤੋਂ ਬਗੈਰ ਨਹੀਂ ਦੱਸਣਾ ਇੱਥੇ ਪਿਆਜ਼ ਬ੍ਰਾਊਨ ਹੋ ਚੁੱਕੀ ਸੀ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰੂੰਗੀ ਹੁਣ ਨਾਲ ਹੀ ਇਹਦੇ ਵਿੱਚ ਮੈਂ 2 ਚਮਚ ਅਦਰਕ ਲਸਣ ਦਾ ਪੇਸਟ 2 ਚਮਚ ਸਬਜ਼ ਮਿਰਚ ਦਾ ਪੇਸਟ ਤੇ 3 ਤੋਂ 4 ਅਦਦ ਟਮਾਟਰ ਦਾ ਪੇਸਟ ਪਾ ਦੇਣਾ ਤਾਂ ਫਿਰ ਤਕਰੀਬਨ 15 ਮਿੰਟ ਤੱਕ ਇਹਦੀ ਬੁਨਾਈ ਕਰਨੀ ਅੱਛੇ ਤਰੀਕੇ ਨਾਲ ਇਹਨੂੰ ਭੁੰਨ ਲੈਣਾ ਨਾਲ ਹੀ ਮੈਂ ਇਹਦੇ ਵਿੱਚ ਇੱਕ ਚਮਚ ਜ਼ੀਰੇ ਦਾ ਪਾ ਦਿੱਤਾ ਹੁਣ ਜਦੋਂ ਤੱਕ ਮਸਾਲਾ ghee ਨਹੀਂ ਛੱਡ ਦਿੰਦਾ ਪਾਣੀ ਖੁਸ਼ਕ ਨਹੀਂ ਹੋ ਜਾਂਦਾ ਉਦੋਂ ਤੱਕ ਇਹਦੀ ਬੁਨਾਈ ਕਰਨੀ ਆ ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨ ਲੈਣਾ ਤਾਂ ਕਿ ਅਦਰਕ ਲਸਣ ਕੱਚਾ ਨਾ ਰਹੇ ਤੇ ਉਹਦੀ ਸਮੈਲ ਨਾ ਆਵੇ ਚਾਵਲਾਂ ਵਿੱਚੋਂ ਇੱਥੇ ਮੈਂ ਇੱਕ ਚਮਚ ਸੂਰਖ ਮਿਰਚ ਦਾ ਐਡ ਕੀਤਾ ਨਾਲ ਹੀ ਮੈਂ ਹਾਫ ਚਮਚ ਹਲਦੀ ਦਾ ਐਡ ਕੀਤਾ 1.5 ਚਮਚ ਨਮਕ ਦਾ ਐਡ ਕਰਨਾ ਹੈ ਇਹਦੇ ਵਿੱਚ ਨਮਕ ਚਾਵਲਾਂ ਵਿੱਚ ਵੀ ਪਾਇਆ ਸੀ ਇਸ ਤੋਂ ਇੰਦਰ ਬਸ ਚਿਕਨ ਤੇ ਮਸਾਲੇ ਦੇ ਹਿਸਾਬ ਦਾ ਨਮਕ ਐਡ ਕਰਨਾ ਦੂਸਰੀ ਸਾਈਡ ਤੇ ਪਾਣੀ ਪਕਣ ਲੱਗ ਗਿਆ ਸੀ ਉਹਦੇ ਵਿੱਚ ਮੈਂ ਚਾਵਲ ਐਡ ਕਰ ਦਿੱਤੇ ਹੁਣ ਜਦੋਂ ਤੱਕ ਚਾਵਲ ਨਹੀਂ ਗਲਦੇ ਉਦੋਂ ਤੱਕ ਇਹਨਾਂ ਨੂੰ ਪਕਾ ਲੈਣਾ ਇੱਕ ਨਹੀਂ ਰੱਖ ਕੇ ਚਾਵਲ ਉਬਾਲ ਲੈਣੇ ਆ ਮੇਰੇ ਕੋਲ ਮਸਾਲੇ ਦੀ ਅੱਛੀ ਤਰ੍ਹਾਂ ਬੁਨਾਈ ਹੋ ਚੁੱਕੀ ਹੈ ਉਸ ਤੋਂ ਬਾਅਦ ਮੈਂ 1 ਕਿਲੋ ਚਿਕਨ ਐਡ ਕਰ ਦਿੱਤਾ ਇਹਦੇ ਵਿੱਚ ਹੁਣ ਇਹਨੂੰ ਅੱਛੀ ਤਰ੍ਹਾਂ ਪੁੰਨਣਾ ਤਕਰੀਬਨ 5 ਮਿੰਟ ਤੱਕ ਇਹਨੂੰ ਇਦਾਂ ਹੀ ਪਕਾਉਣ ਤੋਂ ਬਾਅਦ ਇਨੂੰ ਕਵਰ ਕਰ ਦਵਾਂਗੇ ਤਾਂ ਕਿ ਚਿਕਨ ਅੱਛੀ ਤਰ੍ਹਾਂ ਗਲ ਜਾਵੇ ਉਹਦੋਂ ਨੂੰ ਇਹਦਾ ਪਾਣੀ ਵੀ ਖੁਸ਼ਕ ਹੋ ਜਾਊਗਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਮੈਨੂੰ ਕਮੈਂਟ ਬਾਕਸ ਵਿੱਚ لازਮੀ ਦੱਸ ਦਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ لازਮੀ ਕਰ ਦਿਆ ਕਰੋ ਕਿਉਂਕਿ ਇਹਦੇ ਨਾਲ ਮੇਰੀ ਹੌਸਲਾ ਵਸਾਈ ਹੋਊਗੀ ਤੇ ਮੈਂ ਤੁਹਾਡੇ ਲਈ ਅੱਛੀ ਅੱਛੀਆਂ ਰੈਸਪੀ ਲੈ ਕੇ ਆਉਂਗੀ ਤਕਰੀਬਨ 5 ਮਿੰਟ ਹੋ ਚੁੱਕੇ ਸੀ ਹੁਣ ਮੈਨੂੰ ਕਵਰ ਕਰ ਦੂੰਗੀ ਇੱਥੇ ਤਕਰੀਬਨ 15 ਮਿੰਟ ਹੋ ਚੁੱਕੇ ਅਸੀਂ ਪਾਣੀ ਖੁਸ਼ਕ ਹੋ ਚੁੱਕਿਆ ਚਿਕਨ ਗਲ ਚੁੱਕਿਆ ਦੇਖ ਸਕਦੇ ਤੁਸੀਂ ਦੂਸਰੀ ਸਾਈਡ ਤੇ ਮੈਂ ਦਹੀਂ ਵਿੱਚ ਨੈਸ਼ਨਲ ਬਰੀਆਨੀ ਮਸਾਲਾ ਐਡ ਕੀਤਾ ਤਕਰੀਬਨ ਇੱਕ ਪਿਆਲੀ ਦਹੀਂ ਦੀ ਲਈ ਸੀ ਇਹਦੇ ਵਿੱਚ ਇੱਕ ਪੈਕੇਟ ਨੈਸ਼ਨਲ ਬਰੀਆਨੀ ਮਸਾਲੇ ਦਾ ਐਡ ਕੀਤਾ ਹੁਣ ਇਹਨੂੰ ਚਿਕਨ ਦੇ ਵਿੱਚ ਪਾ ਦੇਣਾ ਤੇ ਇਹਦਾ ਪਾਣੀ ਖੁਸ਼ਕ ਹੋਣ ਤੱਕ ਪਕਾਉਣਾ ਆ ਦੇਖੋ ਦਹੀਂ ਤੇ ਬਰੀਆਨੀ ਮਸਾਲੇ ਦਾ ਮਿਕਸਚਰ ਮੈਂ ਚਿਕਨ ਵਿੱਚ ਪਾ ਦਿੱਤਾ ਹੁਣ ਜਦੋਂ ਤੱਕ ਇਹਦਾ ਪਾਣੀ ਖੁਸ਼ਕ ਨਹੀਂ ਹੋ ਜਾਣਾ ਉਦੋਂ ਤੱਕ ਚਿਕਨ ਨੂੰ ਫਕੋਣਾ ਕਿਉਂਕਿ ਜਦੋਂ ਦਹੀਂ ਐਡ ਕਰਨਾ ਹੈ ਪਾਣੀ ਛੱਡ ਦੇਣਾ ਮੈਂ ਜ਼ਿਆਦਾਤਰ ਨੈਸ਼ਨਲ ਵਾਲਿਆਂ ਦੀਆਂ ਚੀਜ਼ਾਂ ਇਸਤੇਮਾਲ ਕਰਦੀਆਂ ਕਿਉਂਕਿ ਬਾਕੀ ਕੰਪਨੀਆਂ ਨਾਲੋਂ ਇਹਨਾਂ ਦੀਆਂ ਚੀਜ਼ਾਂ ਦਾ ਸਵਾਦ ਬਹੁਤ ਬੈਸਟ ਆ ਇੱਥੇ ਚਿਕਨ ਦਾ ਪਾਣੀ ਸੁੱਕਾ ਹੋ ਚੁੱਕਿਆ ਸੀ ਇੱਥੇ ਚਿਕਨ ਪੱਕ ਕੇ ਤਿਆਰ ਹੋ ਗਿਆ ਹੁਣ ਅਦਾ ਚੁੱਲਾ ਬੰਦ ਕਰ ਦੇਵਾਂਗੇ ਦੂਸਰੀ ਸਾਈਡ ਤੇ ਚਾਵਲ ਦੇਖ ਲਾਂਗੇ ਹੁਣ ਚਾਵਲ ਜ਼ਿਆਦਾ ਨਹੀਂ ਪਕੋਣੇ ਇੱਕ ਕਣੀ ਰੱਖ ਕੇ ਚਾਵਲਾਂ ਨੂੰ ਉਬਾਲਣਾ ਕਿਉਂਕਿ ਅਗਰ ਜ਼ਿਆਦਾ ਗਲ ਜਾਣਗੇ ਤੇ ਚਾਵਲ ਉਹਦੀ ਵਜ੍ਹਾ ਤੋਂ ਜੁੜ ਜਾਣੇ ਆ ਇਕੱਲੇ ਇਕੱਲੇ ਨਹੀਂ ਬੰਨਨੇ ਆ ਦੇਖੋ ਚਾਵਲ ਗਲ ਚੁਕੇ ਆ ਹੁਣ ਮੈਂ ਇਹਨਾਂ ਨੂੰ ਛਾਨ ਲਵਾਂਗੀ ਦੂਸਰੀ ਸਾਈਡ ਤੇ ਮੈਂ ਇੱਕ ਬਰਤਨ ਵਿੱਚ ਥੋੜਾ ਜਿਹਾ ਜ਼ਰਦਾ ਰੰਗ ਐਡ ਕਰੂੰਗੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲੈਣਾ ਤਿਲੇ ਵਿੱਚ ਸਭ ਤੋਂ ਪਹਿਲਾਂ ਮੈਂ ਚਿਕਨ ਤੇ ਮਸਾਲੇ ਵਾਲਾ ঘি ਐਡ ਕੀਤਾ। ਆਇਲ ਇਸ ਤੋਂ ਇਸਤੇਮਾਲ ਕੀਤਾ ਤਾਂ ਕਿ ਚਾਵਲ نیچے ਨਾ ਲੱਗਣ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਚਾਵਲ ਪਾਉਣੇ ਆ। ਪਹਿਲੀ ਤਹਿ ਚਾਵਲਾਂ ਦੀ ਹੋਣੀ ਆ। ਇੱਥੇ ਨਾਲ ਤੁਸੀਂ ਧਨੀਏ ਦਾ ਇਸਤੇਮਾਲ ਵੀ ਕਰ ਸਕਦੇ ਹੋ, ਸਬਜ਼ ਧਨੀਆ ਉਹ ਵੀ ਐਡ ਕਰ ਸਕਦੇ ਨਾਲ ਬਰਾਊਨ ਪਿਆਜ਼ ਵੀ, ਲੇਕਿਨ ਮੈਨੂੰ ਚਾਵਲਾਂ ਦੇ ਵਿੱਚ ਸਬਜ਼ ਧਨੀਆ ਨਹੀਂ ਪਸੰਦ, ਇਸ ਤੋਂ ਮੈਂ ਐਡ ਨਹੀਂ ਕੀਤਾ। ਅੱਛਾ ਥੋੜਾ ਜਿਹਾ ਜ਼ਰਦਾ ਰੰਗ ਐਡ ਕਰ ਲਵਾਂਗੇ। ਜ਼ਰਦਾ ਰੰਗ ਪਾਉਣ ਤੋਂ ਬਾਅਦ ਉੱਤੇ ਚਿਕਨ ਦੀ ਤੈਅ ਆ ਜਾਊਗੀ। ਇਦਾਂ ਹੀ ਚਿਕਨ ਦੇ ਉੱਪਰ ਫਿਰ ਚਾਵਲਾਂ ਦੀ ਤਿਆ ਆ ਜਾਊਗੀ ਜ਼ਰਦਾ ਕਲਰ ਐਡ ਕਰ ਦਵਾਂਗੇ ਫਿਰ ਚਿਕਨ ਐਡ ਕਰ ਦਵਾਂਗੇ ਸਾਰੇ ਚਾਵਲਾਂ ਦੀਆਂ ਇਦਾਂ ਹੀ ਤੈਹ ਲਾ ਲੈਣੀ ਆ ਤੇ ਚਾਵਲਾਂ ਨੂੰ 10 ਮਿੰਟ ਲਈ ਹਲਕੀ ਅੱਗ ਤੇ ਦਮ ਤੇ ਰੱਖ ਦੇਣਾ ਆ ਦੇਖੋ ਹਲਕੀ ਅੱਗ ਕਰਕੇ ਚਾਵਲਾਂ ਨੂੰ ਦਮ ਤੇ ਰੱਖ ਦਿੱਤਾ 10 ਮਿੰਟ ਤੱਕ ਇਥੇ 10 ਮਿੰਟ ਹੋ ਚੁੱਕੇ ਸੀ ਮਜ਼ੇਦਾਰ ਬਰੀਆਨੀ ਬਣ ਕੇ ਤਿਆਰ ਹੋ ਚੁੱਕੀ ਆ ਦੇਖੋ ਕਿੰਨਾ ਅੱਛਾ ਕਲਰ ਆਇਆ ਬਹੁਤ ਹੀ ਮਜ਼ੇਦਾਰ ਖੁਸ਼ਬੂ ਆ ਰਹੀ ਆ ਮਜ਼ੇਦਾਰ ਬਰੀਆਨੀ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਮੈਂ ਇਹਨੂੰ ਟ੍ਰੇ ਵਿੱਚ ਕੱਢ ਲੂੰਗੀ ਇਹ ਦੇਖੋ ਕਿੰਨਾ ਅੱਛਾ ਕਲਰ ਆਇਆ ਕੱਲੇ-ਕੱਲੇ ਚਾਵਲ ਬਣੇ ਆ ਬਿਲਕੁਲ ਵੀ ਨਹੀਂ ਜੁੜੇ ਅਗਰ ਤੁਸੀਂ ਮੇਰੀ ਰੈਸਪੀ ਟਰਾਈ ਕਰੋਗੇ ਤੁਹਾਡੇ ਵੀ ਬਹੁਤ ਹੀ ਮਜ਼ੇਦਾਰ ਚਾਵਲ ਬਨਨਗੇ ਇਦਾਂ ਹੀ ਕੱਲੇ-ਕੱਲੇ ਚਾਵਲ ਬਨਨਗੇ ਜੁੜਨਗੇ ਵੀ ਨਹੀਂ ਤੇ ਹਰ ਕੋਈ ਤੁਹਾਡੀ ਤਾਰੀਫ ਕਰੂਗਾ ਉਮੀਦ ਆ ਤੁਹਾਨੂੰ ਮੇਰੀ ਰੈਸਪੀ ਪਸੰਦ ਆਊਗੀ ਇਹਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਚਾਹੀਦੀ ਆ ਮੁਲਾਕਾਤ ਹੋਊਗੀ ਨਈ ਵੀਡੀਓ ਵਿੱਚ ਨਈ ਰੈਸਪੀ ਦੇ ਨਾਲ ਅੱਲਾ ਹਾਫਿਜ਼